ਬਠਿੰਡਾ ਦੇ ਪ੍ਰਤਾਪ ਨਗਰ ਵਿੱਚ ਅਨੋਖੇ ਢੰਗ ਨਾਲ ਗਣੇਸ਼ ਵਿਸਰਜਨ ਕੀਤਾ ਗਿਆ। ਇੱਥੇ ਸਮਾਜ ਸੇਵੀਆਂ ਵੱਲੋਂ ਦੁਸ਼ਹਿਰਾ ਗਰਾਊਂਡ ਵਿੱਚ ਮਨਾਏ ਗਏ ਗਣੇਸ਼ ਉਤਸਵ ਦੇ ਤਹਿਤ ਗਣੇਸ਼ ਭਗਵਾਨ ਦੀਆਂ ਮੂਰਤੀਆਂ ਦਾ ਵਿਸਰਜਨ ਕਿਸੇ ਨਹਿਰ ਵਿੱਚ ਨਾ ਕਰਕੇ ਗਰਾਊਂਡ ਵਿੱਚ ਹੀ ਕੀਤਾ ਗਿਆ। ਇੱਥੇ 10 ਫੁੱਟ ਡੂੰਘਾ ਤਲਾਬ ਬਣਾਇਆ ਗਿਆ, ਜਿਸ ਵਿੱਚ ਗਣੇਸ਼ ਵਿਸਰਜਨ ਲਈ ਸਾਫ਼ ਪਾਣੀ ਭਰਿਆ ਗਿਆ ਅਤੇ ਫਿਰ ਇਸ ਵਿੱਚ ਪੂਰਨ ਮਰਿਆਦਾ ਨਾਲ ਮੂਰਤੀਆਂ ਦਾ ਵਿਸਰਜਨ ਕੀਤਾ ਗਿਆ। ਸਮਾਜ ਸੇਵੀਆਂ ਨੇ ਦੱਸਿਆ ਕਿ ਇਹ ਮੂਰਤੀਆਂ ਵੀ ਮਿੱਟੀ ਦੀਆਂ ਹੀ ਨੇ। ਉਹਨਾਂ ਦੇ ਦੱਸਣ ਮੁਤਾਬਿਕ ਇਹ ਇਸ ਲਈ ਕੀਤਾ ਗਿਆ ਕਿ ਇੱਕ ਤਾਂ ਮੂਰਤੀਆਂ ਦਾ ਬਾਅਦ ਵਿੱਚ ਅਪਮਾਨ ਨਹੀਂ ਹੋਵੇਗਾ ਅਤੇ ਦੂਜਾ ਇਸ ਨਾਲ ਜਲ ਪ੍ਰਦੂਸ਼ਣ ਵੀ ਨਹੀਂ ਹੁੰਦਾ। ਇਹ ਵਿਸਰਜਨ ਆ ਜਿਹੜਾ ਇਸ ਕਰਕੇ ਕੀਤਾ ਗਿਆ ਕਿਉਂਕਿ ਜਦੋਂ ਅਸੀਂ ਨਹਿਰ 'ਤੇ ਵਿਸਰਜਨ ਕਰਨ ਜਾਂਦੇ ਹਾਂ ਅਕਸਰ ਅਸੀਂ ਦੇਖਿਆ ਉੱਥੇ ਕੋਈ ਨਾ ਕੋਈ ਅਜਿਹਾ ਹਾਦਸਾ ਹੋ ਜਾਂਦਾ, ਕਿਸੇ ਨਾ ਕਿਸੇ ਜਵਾਕ ਦੀ ਉੱਥੇ ਜਾਨ ਚਲੀ ਜਾਂਦੀ ਹੈ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਜਦੋਂ ਅਸੀਂ ਉੱਥੇ ਵਿਸਰਜਨ ਕਰਦੇ ਹਾਂ, ਵਿਸਰਜਨ ਤੋਂ ਬਾਅਦ ਜਦੋਂ ਪਾਣੀ ਸੁੱਕ ਜਾਂਦਾ ਤਾਂ ਮੂਰਤੀਆਂ ਜਿਹੜੀਆਂ ਅੰਗ ਉੱਤੇ ਕਿਤੇ ਨਾ ਕਿਤੇ ਪਏ ਹੁੰਦੇ, ਕਿਤੇ ਸਾਈਡ 'ਤੇ ਜਾਂ ਕਿਸੇ ਹੋਰ ਪਾਸੇ, ਉਹ ਬੜੀ ਬੇਕਦਰੀ ਹੁੰਦੀ ਹੈ। ਉਹਨੂੰ ਦੇਖਦਿਆਂ ਹੋਇਆਂ ਇੱਕ ਜਿਹੜਾ ਪੀਣ ਵਾਲਾ ਪਾਣੀ ਹੈ ਨਹਿਰ ਦਾ ਜਿਹੜਾ ਦੂਸ਼ਿਤ ਹੋ ਜਾਂਦਾ, ਉਹਨੂੰ ਰੋਕਣ ਦੇ ਲਈ ਅਸੀਂ ਇਹ ਉਪਰਾਲਾ ਕੀਤਾ। ਪਹਿਲੀ ਵਾਰੀ ਪ੍ਰਤਾਪ ਨਗਰ ਦੁਸਹਿਰਾ ਗਰਾਊਂਡ ਦੇ ਅੰਦਰ ਇੱਕ ਝੀਲ ਬਣਾਈ ਗਈ ਹੈ ਜਿਹੜੀ ਫੁੱਲਾਂ ਨਾਲ ਸਜਾਈ ਗਈ ਹੈ। ਉੱਥੇ ਪਹਿਲੀ ਵਾਰੀ ਹਿੰਦੁਸਤਾਨ ਦੇ ਅੰਦਰ ਇੱਕ ਵਿਸਰਜਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਗਣਪਤੀ ਮਹਾਰਾਜ ਜੀ ਦਾ ਘਰ ਦੇ ਅੰਦਰ ਪ੍ਰਸਥਾਨ ਕਰਾਉਂਦੇ ਹੈ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇੱਕ ਟੱਪ ਦੇ ਵਿੱਚ ਗਣਪਤੀ ਮਹਾਰਾਜ ਜੀ ਦਾ ਉਹਦਾ ਜਲ ਪ੍ਰਵਾਹ ਕਰੋ ਅਤੇ ਉਦੋਂ ਬਾਅਦ ਜਿਹੜਾ ਪਾਣੀ ਆ ਉਹ ਜਿਹੜੇ ਘਰ ਦੇ ਅੰਦਰ ਗਮਲੇ ਲੱਗੇ ਉਹਨਾਂ ਨੂੰ ਪਾ ਦਿਓ ਤਾਂ ਜੋ ਕੋਈ ਵੀ ਵਿਵਸਥਾ ਨਾ ਜਾਵੇ, ਨਾ ਪਾਣੀ ਖਰਾਬ ਹੋ ਦੂਸ਼ਿਤ ਹੋਵੇ, ਨਾ ਹੀ ਕੋਈ ਮਿੱਟੀ ਦੀ ਬੇਕਦਰੀ ਹੋਵੇ, ਨਾ ਹੀ ਕਿਸੇ ਦੇਵੀ ਦੇਵਤੇ ਦੀ ਬੇਕਦਰੀ ਹੋਵੇ। ਉਹ ਸਾਰਿਆਂ ਨੂੰ ਮੁੱਦੇ ਨਜ਼ਰ ਰੱਖਦਿਆਂ ਹੋਇਆਂ ਹਿੰਦੁਸਤਾਨ ਦੇ ਵਿੱਚ ਪਹਿਲੇ ਵਾਰੀ ਪੰਜਾਬ ਦੇ ਵਿੱਚ ਬਠਿੰਡਾ ਸ਼ਹਿਰ ਦੇ ਅੰਦਰ ਇਹ ਪ੍ਰੋਗਰਾਮ ਕੀਤਾ ਗਿਆ। ਇਹ ਇਸ ਵੇਲੇ ਜਿਹੜਾ ਤੁਹਾਡੇ ਮਗਰ 10 ਫੁੱਟ ਡੂੰਘਾ ਬਣਾਇਆ ਹੋਇਆ, ਇਹਦੇ ਵਿੱਚ ਪਾਣੀ ਹੈ ਜਿਹੜਾ ਬਿਲਕੁਲ ਸਾਫ਼ ਹੈ। ਭਾਖੜਾ ਡੈਮ, ਭਾਖੜਾ ਦੀਆਂ ਜਿਹੜੀਆਂ ਨਹਿਰਾਂ ਪੈਂਦੀਆਂ ਉੱਥੋਂ ਪਾਣੀ ਲਿਆਂਦਾ ਗਿਆ। ਫੁੱਲਾਂ ਦੇ ਨਾਲ ਇਹਨੂੰ ਸਜਾਇਆ ਗਿਆ, 20-25 ਫੁੱਲ ਇਹਦੇ ਉੱਤੇ ਪਾਏ ਗਏ। ਇਹਨਾਂ ਦੀ ਵਰਸ਼ਾ ਦੇ ਨਾਲ ਹੁਣ ਇਹਨਾਂ ਨੂੰ ਗਣਪਤੀ ਮਹਾਰਾਜ ਜੀ ਨੂੰ ਦੁੱਧ ਦੇ ਨਾਲ ਇਸ਼ਨਾਨ ਕਰਾਵਾਂਗੇ। ਕਰੇਨ ਆ ਚੁੱਕੀ ਹੈ, ਕਰੇਨ ਦੇ ਨਾਲ ਇਹਨਾਂ ਦਾ ਵਿਸਰਜਨ ਕੀਤਾ ਜਾਊਗਾ। ਤੁਸੀਂ ਦੇਖੋਗੇ ਇੱਕ ਅਨੋਖੇ ਢੰਗ ਦੇ ਨਾਲ ਵਿਸਰਜਨ। ਦੇਖਿਆ ਜਾਵੇ ਤਾਂ ਇਹ ਪਾਣੀ ਦੇ ਪ੍ਰਦੂਸ਼ਣ ਨੂੰ ਬਚਾਉਣ ਲਈ ਇੱਕ ਵੱਡਾ ਅਤੇ ਚੰਗਾ ਉਪਰਾਲਾ ਹੈ। ਬਠਿੰਡਾ ਤੋਂ ਧਰਮਚੰਦਰ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। ਐਟ ਪਿਰਾਮਿਡ ਦ ਓਨਲੀ ਥਿੰਗ ਦੈਟ ਇਨਸਪਾਇਰਸ ਅਸ ਦ ਮੋਸਟ ਇਜ਼ ਆਰ ਕਸਟਮਰ ਐਂਡ ਵੀ ਆਰ ਟੋਟਲੀ ਕਮਿਟਡ ਟੂ ਦ ਸਕਸੈਸ ਆਫ ਆਰ ਸਟੂਡੈਂਟਸ ਐਂਡ ਕਸਟਮਰਸ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। ਪਿਰਾਮਿਡ ਵੀਜ਼ਾ, ਇੱਕ ਵਧੀਆ ਜ਼ਿੰਦਗੀ ਲਈ।